ਚੰਨੀ ਭਾਜੀ ਹਮੇਸ਼ਾ ਹੀ ਕੁਝ ਨਾ ਕੁਝ ਜਿਹੜਾ ਸੀ ਇੰਨੇ ਪਿਆਰੇ ਇੰਨੇ ਹਸਮੁਖ ਇੰਨੇ ਪਿਆਰੇ ਇਨਸਾਨ ਸੀਗੇ ਕਿ ਮੈਂ ਕਿਹਾ ਹਮੇਸ਼ਾ ਸਾਰਿਆਂ ਨੂੰ ਇਨਕਰੇਜ ਕਰਨ ਵਾਲੇ ਯੂ نو ਹੀ ਵਾਸ ਆਲਵੇਸ ਹੀ ਵਾਸ ਆਲਵੇਸ ਅ ਫਨਸਟਰ ਹੀ ਵਾਸ ਦ ਕਲਾਉਨ ਹੀ ਵਾਸ ਦ ਕਲਾਉਨ ਆਫ ਦ ਆਫ ਦ ਹੋਲ ਕਿਉਂਕਿ ਉਸ ਵਕਤ ਜਦ ਮੈਂ ਐਨਐਸਟੀ ਵਿਦ ਸੀ ਯਾ ਚੰਨੀ ਜੀ ਐਨਐਸਟੀ ਵਿਦ ਸੀ ਯੂ ਉਸ ਵਕਤ ਇਟ ਵਾਸ ਅ ਵੈਰੀ স্মੋਲ ਕਮਿਊਨਿਟੀ ਤਾਂ ਔਰ ਲੋਕਾਂ ਨੂੰ ਕਹਿੰਦੇ ਸੀ ਜਿਹੜੇ ਮਰੀਜ਼ ਸੀਗੇ ਕਿ ਤੁਸੀਂ ਜੀਣਾ ਹੈ ਉਹਨਾਂ ਨੂੰ ਜੀਣ ਦੀ ਜਾਚ ਸਿਖਾਉਂਦੇ ਸੀਗੇ ਇੱਕ ਨਾਟਕਾਂ ਦੇ ਰੂਪ ਵਿੱਚ ਹਸਪਤਾਲਾਂ ਵਿੱਚ ਜਾ ਕੇ ਨਾਟਕ ਕਰਦੇ ਸੀ ਮਰੀਜ਼ਾਂ ਦੇ ਨਾਲ ਇਹੋ ਜੀ ਉਹਨਾਂ ਨੇ ਵਿਦਾ ਇਜਾਦ ਕੀਤੀ ਔਰ ਉਹ ਸ਼ਖਸਾ ਜੇ ਸਾਡੇ ਦਰਮਿਆਨ ਨਹੀਂ ਹੈ You know, he was—he loved reciting poetry, Shiv Kumar kavita. So he was always—he always had some poem for every situation, and uh, he was—he was very light. He wasn't a very—he never pulled you down. He always. ਕਿਪਟ ਯੂ ਔਨ ਇਵਨ ਕੀਲ ਔਰ ਚੰਨੀ ਭਾਜੀ ਕਿਉਂਕਿ ਉਹਨਾਂ ਦੀ ਬਹੁਤ ਦੇਣ ਹੈ ਪੰਜਾਬੀ ਰੰਗਮੰਚ ਨੂੰ ਔਰ ਹਿੰਦੁਸਤਾਨੀ ਥੀਏਟਰ ਨੂੰ ਬਲਕਿ ਔਰ ਜਿਹੜੀ ਕਿ ਜਲੰਧਰ ਦੂਰਦਰਸ਼ਨ ਜਿਹੜਾ ਉਸ ਨੂੰ ਵੀ ਬਹੁਤ ਵੱਡੀ ਦੇਣ ਹੈ ਔਰ ਜਲੰਧਰ ਦੂਰਦਰਸ਼ਨ ਤੇ ਸ਼ੁਰੂਆਤੀ ਦੌਰ ਦੇ ਵਿੱਚ ਜਿੰਨੇ ਵੀ ਬਿਹਤਰੀਨ ਨਾਟਕ ਜਿਹੜੇ ਹੇਸ਼ ਹੋਏ ਚਾਹੇ ਉਹ ਪੇਕੀਆਂ ਵਾਲੀ ਸੌਰਿਆਂ ਵਾਲੀ ਜਾਂ ਹੋਰ ਕਈ ਇਹੋ ਜੇ ਸੀਗੇ ਪੀਲੇ ਪੱਤਿਆਂ ਦੀ ਦਾਸਤਾਨ ਜਿਹੜੇ ਸੀਰੀਅਲ ਹੋਏ ਉਹਨਾਂ ਨੂੰ ਚੰਨੀ பாਜੀ ਨੇ ਜਿਹੜਾ ਕਿ ਦੂਰਦਰਸ਼ਨ ਦੇ ਉੱਤੇ ਪੇਸ਼ ਕੀਤਾ ਔਰ ਉਹਨਾਂ ਦੀ ਇੱਕ ਖਾਸ ਪਛਾਣ ਬਣੀ ਫਿਰ ਜਦੋਂ ਉਹਨਾਂ ਨੇ ਕਿਉਂਕਿ ਉਹ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਪਾਸ ਆਊਟ ਹੋ ਕੇ ਆਏ ਸੀਗੇ ਔਰ ਉਹਨਾਂ ਨੇ ਜਦੋਂ 73 74 ਦੇ ਵਿੱਚ ਆ ਕੇ ਕੰਮ ਕਰਨਾ ਸ਼ੁਰੂ ਕੀਤਾ ਔਰ ਉਹਨਾਂ ਨੇ ਬੜਾ ਅਲੱਗ ਤਰ੍ਹਾਂ ਦਾ ਕੰਮ ਕੀਤਾ ਔਰ ਚੰਨੀ ਹੋਰਾਂ ਨੇ ਕਮਿਊਨਿਟੀ ਥੀਏਟਰ ਦੇ ਰੂਪ ਵਿੱਚ ਕੰਮ ਕੀਤਾ ਉਹ ਉਹ ਥੀਏਟਰ ਦਾ ਉਹ ਰੂਪ ਜਿਹੜਾ ਆਪ ਥੀਏਟਰ ਲੋਕਾਂ ਦੇ ਵਿੱਚ ਜਾਵੇ ਉਹਨਾਂ ਨੇ ਮਾਰਕੀਟ ਦੇ ਵਿੱਚ ਜਾ ਕੇ ਔਰ 17 ਸੈਕਟਰ ਦੀ ਮਾਰਕੀਟ ਚ ਚੰਡੀਗੜ੍ਹ ਚ ਉੱਥੇ ਹਰ ਹਫਤੇ ਇੱਕ ਸ਼ੋਅ ਜ਼ਰੂਰ ਕਰਦੇ ਸੀ ਉੱਥੇ ਉਹ ਇੱਕ ਸਿਨੇਮਾ ਹੈ ਉਹਦੇ ਬਾਹਰ ਜਦੋਂ ਵੀ ਸ਼ੋਅ ਸ਼ੁਰੂ ਹੋਣਾ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਲੋਕੀ ਟਿਕਟਾਂ ਲੈਂਦੇ ਨੇ ਉਸ ਤੋਂ ਪਹਿਲੇ ਉਹ ਨਾਟਕ ਕਰਦੇ ਸੀ Yeah, uh, camera just documents, but the theatrical elements oskili the you know the musical compositions. If Rajasthan Kita, then Mangiyars and other different folk artists were also engaged. So, uh, thoda thrust uh, becomes a little more thought through. Uh, it's not. Uh, uh, ਫਰਕ ਤੇ ਹੁੰਦਾ ਹੈ ਅਤਵਾਦ ਦਾ ਦੌਰ ਸੀ ਉਹਨਾਂ ਦਾ ਬੜਾ ਹੀ ਖੂਬਸੂਰਤ ਪਲੇਸ ਸੀਗਾ ਅੱਖ ਦੀ ਦਹਲੀਜ਼ ਜਿਹੜਾ ਕਿ ਪੰਜਾਬੀ ਪੋਇਟਰੀ ਦੇ ਉੱਤੇ ਬੇਸਡ ਸੀਗਾ ਔਰ ਉਹਨਾਂ ਨੇ ਉਹਨਾਂ ਸਮਿਆਂ ਦੇ ਵਿੱਚ ਉਹ ਜਿਹੜਾ ਨਾਟਕ ਜਿਹੜਾ ਬੜਾ ਬੇਬਾਕੀ ਦੇ ਨਾਲ ਜਿਹੜਾ ਕਿ ਅਤਵਾਦ ਦੇ ਖਿਲਾਫ ਸੀ ਹਿੰਦੂ ਸਿੱਖ ਇਕਤਾ ਨੂੰ ਜਿਹੜਾ ਕਿ ਪ੍ਰਚਾਰ ਕਰਦਾ ਸੀ ਨਾਟਕ ਉਹ ਉਹਨਾਂ ਨੇ ਪੇਸ਼ ਕੀਤਾ ਔਰਤਾਂ ਦੇ ਹੱਕਾਂ ਦੇ ਵਿੱਚ ਉਹਨਾਂ ਨੇ ਨਾਟਕ ਲਿਖਿਆ 60 ਦਿਨਗੇ ਮੈਨੂੰ ਜਿਹੜਾ ਕਿ ਕੁੜੀਆਂ ਦੇ ਬਾਰੇ ਵਿੱਚ ਸੀਗਾ ਉਹ ਮੈਂ ਬਾਅਦ ਵਿੱਚ ਆਪਣੀ ਇੱਕ ਕਿਤਾਬ ਦੇ ਵਿੱਚ ਵੀ ਜਿਹੜੀ ਮੈਂ ਸੰਪਾਦਿਤ ਕੀਤੀ ਨੁੱਕੜ ਨਾਟਕਾਂ ਦੀ ਉਹਦੇ ਵਿੱਚ ਵੀ ਮੈਂ ਸ਼ਾਮਿਲ ਕੀਤਾ ਉਹਨਾਂ ਦਾ ਉਹ ਨਾਟਕ ਸੋ ਉਹਨਾਂ ਦੀ ਬੜੀ ਅਲੱਗ ਤਰ੍ਹਾਂ ਦਾ ਥੀਏਟਰ ਦੀ ਇੱਕ ਪਹਿਚਾਣ ਸੀ ਅਸੀਂ ਜਦੋਂ ਪਾਕਿਸਤਾਨ ਵੀ ਜਾਂਦੇ ਰਹੇ ਤੇ ਉੱਥੇ ਵੀ ਸਾਡੇ ਨਾਲ ਸਾਡੇ ਗਰੁੱਪ ਦੇ ਨਾਲ ਹੀ ਪੂਰਾ ਅਸੀਂ ਇਕੱਠਿਆਂ ਨੇ ਟਰੈਵਲ ਕੀਤਾ ਬਿਲਕਿਉਂਕਿ ਹੀ ਰੀਲੀ ਵੈਂਟਡ ਇਨ ਟੂ ਫਿਲਮ ਮੇਕਿੰਗ ਮੋਰ ਦਨ ਥੀਏਟਰ ਸੋ ਬਿਕੋਜ਼ ਆਫ ਥੈਟ his uh, work ਉਹਦੀ ਉਹਦੀ trajectory ਫਰਕ ਸੀ so ਅਮ ਜੋ ਵੀ ਉਹਨਾ ਨੇ ਕੀਤਾ ਕਾਬਲੀਅਤ ਨਾਲ ਕੀਤਾ